ਚਲੋ ਜੀ, ਗੁਪਤ ਜੰਗਾਂ ਦੀ ਗੱਲ ਤਾਂ ਅਸੀਂ ਬਹੁਤ ਕਰਦੇ ਹਾਂ। ਇੱਕ ਜੰਗ ਤਾਂ ਅਕਾਲੀ ਦਲ ਦੇ ਘਰ 'ਚ ਵੀ ਚੱਲ ਰਹੀ ਹੈ। ਅੱਜ ਫਿਰ ਮੇਜ਼ ਕੁਰਸੀਆਂ ਲਾ ਕੇ ਚੰਦੂ ਮਾਜਰਾ ਜੀ ਹੋਰਾਂ ਨੇ ਨਾਲ ਬਿਠਾ ਕੇ, ਆ ਮਲੂਕਾ ਜੀ ਬੈਠਿਆ ਜੀ, ਆ ਬੈਠੇ ਪੂਰਾ ਉਹੀ ਰੋ ਲਸ਼ਕਰ ਸਾਰਾ, ਬੀਬੀ ਜਗੀਰ ਕੌਰ ਸਾਰੇ ਟਕਸਾਲੀ ਅਕਾਲੀ ਇਕੱਠੇ ਹੋ ਗਏ। ਕਹਿੰਦੇ ਜੀ ਹੁਣ ਅਕਾਲੀ ਦਲ 1920 ਜਦੋਂ ਸਥਾਪਿਤ ਹੋਇਆ ਸੀ, 1920 ਦੇ ਵਿੱਚ 14 ਦਸੰਬਰ 1920 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੁੰਦਾ, ਕਹਿੰਦੇ ਜੀ ਉਹ ਉਹਨਾਂ ਪਰਿਵਾਰਾਂ 'ਚੋਂ ਪੀੜ੍ਹੀ ਦਰ ਪੀੜ੍ਹੀ ਅਗਲੇ ਉਹ ਨੁਮਾਇੰਦੇ ਸਾਹਮਣੇ ਆ ਗਏ, ਅਸਲੀ ਵਾਰਸ ਅਕਾਲੀ ਦਲ ਦੇ ਆ ਗਏ। ਇੱਧਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਅਸਲੀ ਵਾਰਸ ਮੈਂ ਹਾਂ, ਪ੍ਰਕਾਸ਼ ਸਿੰਘ ਬਾਦਲ ਡੋਰ ਮੈਨੂੰ ਸੰਭਾਲ ਕੇ ਗਿਆ ਸ਼੍ਰੋਮਣੀ ਅਕਾਲੀ ਦਲ ਦੀ। ਕਹਿੰਦੇ ਨਹੀਂ ਜੀ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ, ਅਸਲੀ ਅਕਾਲੀ ਦਲ ਸਾਡਾ, ਅਸਲੀ ਪੰਥਕ ਅਸੀਂ, ਸਾਨੂੰ ਕੌਣ ਹੁੰਦੇ ਸੁਖਬੀਰ ਬਾਦਲ ਵਾਲੇ ਕੱਢਣ ਵਾਲੇ। ਸੋ ਇੱਕ ਵਾਰ ਫਿਰ ਖਾਨਾ ਜੰਗੀ ਵਾਲੀ ਹਾਲਤ ਬਣ ਗਈ ਅਕਾਲੀ ਦਲ ਦੀ। ਪਰ ਇਹ ਸਭ ਦੇ ਦਰਮਿਆਨ ਵੀ ਰਾਜਨੀਤੀ ਦੀ ਬਰੀਕੀ ਨੂੰ ਸਮਝਣ ਵਾਲੇ, ਰਾਜਨੀਤਿਕ ਖੇਤਰ ਦੇ ਮਾਹਰ ਜਾਂ ਇਸ ਪੰਥਕ ਸਿਆਸਤ ਤੋਂ ਜਾਣੂ ਉਹਨਾਂ ਮਾਹਿਰਾਂ ਦਾ ਕਹਿਣਾ ਕਿ ਫਿਲਹਾਲ ਅੱਜ ਦੀ ਤਰੀਕ 'ਚ ਸੁਖਬੀਰ ਬਾਦਲ ਦੀ ਕੁਰਸੀ ਨੂੰ ਅਜੇ ਕੋਈ ਖਤਰਾ ਨਹੀਂ। ਹਾਂ, ਬਗਾਵਤ ਕਿਸੇ ਸਮੇਂ ਢੀਂਡਸਾ ਹੋਰਾਂ ਨੇ ਕੀਤੀ ਅਤੇ ਭਾਜਪਾ ਉਹਨਾਂ ਦੀ ਪਿੱਠ 'ਤੇ ਖਲੋਈ, ਬੀਬੀ ਜਗੀਰ ਕੌਰ ਨੇ ਚੋਣ ਲੜੀ, ਭਾਜਪਾ ਉਹਨਾਂ ਦੀ ਪਿੱਠ 'ਤੇ ਖਲੋਈ, ਅਤੇ ਅੱਜ ਫਿਰ ਚੰਡੀਗੜ੍ਹ 'ਚ ਬੈਠ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਕਹਿ ਰਿਹਾ ਕਿ ਇਹ ਤਾਂ ਜੀ ਭਾਜਪਾ ਦੇ ਕਹੇ 'ਤੇ ਖੇਡ ਰਹੇ ਨੇ। ਅਤੇ ਉਹ ਕਹਿੰਦੇ ਜੀ ਤੁਸੀਂ ਭਾਜਪਾ ਦੇ ਕਹੇ 'ਤੇ ਨਹੀਂ ਖੇਡਦੇ ਸੀ, ਤੁਸੀਂ ਭਾਜਪਾ ਦੇ ਇਸ਼ਾਰਿਆਂ 'ਤੇ ਕੰਮ ਨਹੀਂ ਕਰਦੇ ਸੀ, ਤੁਸੀਂ ਭਾਜਪਾ ਨਾਲ ਮੰਤਰੀਆਂ ਉਹਦੇ ਮਾਣੇ ਜੀ, ਹੈ ਤੁਸੀਂ ਭਾਜਪਾ ਦੇ ਕਹੇ 'ਤੇ ਜੀ ਬਿੱਲਾਂ ਦੇ ਉੱਤੇ ਮੋਹਰ ਲਾਈ ਜੀ, ਹੈ ਤੁਸੀਂ ਭਾਜਪਾ ਦੇ ਇਸ਼ਾਰੇ 'ਤੇ ਸਾਰਾ ਕੁਛ ਕੀਤਾ ਜੀ, ਅੱਜ ਸਾਨੂੰ ਕਹੀ ਜਾਂਦੇ। ਮਤਲਬ ਚਾਹੇ ਧਿਰ ਚੰਡੀਗੜ੍ਹ ਬੈਠੀ ਆ ਅਤੇ ਚਾਹੇ ਧਿਰ ਜਲੰਧਰ ਬੈਠੀ ਆ, ਭਾਈ ਤੁਸੀਂ ਸਾਰਿਆਂ ਨੇ ਅਕਾਲੀ ਭਾਜਪਾ ਦੀਆਂ ਸਰਕਾਰਾਂ 'ਚ ਰੁਤਬੇ ਮਾਣੇ ਆ, ਅਹੁਦੇ ਮਾਣੇ ਆ, ਵਜ਼ੀਰੀਆਂ ਮਾਣੀਆਂ, ਅਤੇ ਹੁਣ ਤੁਸੀਂ ਇੱਕ ਦੂਜੇ 'ਤੇ ਲਾਂਛਣ ਲਾ ਰਹੇ। ਪਰ ਮਾਰ ਕਹਿੰਦੇ ਕਿ ਫਿਲਹਾਲ ਸੁਖਬੀਰ ਬਾਦਲ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਆ, ਕਿਉਂਕਿ ਉਹਨਾਂ ਕੋਲ ਕਾਰਜਕਾਰਨੀ ਦੇ ਵੱਧ ਮੈਂਬਰ ਨੇ, ਜ਼ਿਲ੍ਹਾ ਪ੍ਰਧਾਨ ਵੱਧ ਨੇ, ਹੈ ਨਾ, ਅਤੇ ਜਿਹੜੀ ਸਮੁੱਚੀ ਕਮੇਟੀ ਹੈ ਉਹਦੇ ਵਿੱਚੋਂ ਨੁਮਾਇੰਦੇ ਵੱਧ ਨੇ ਉਹਨਾਂ ਕੋਲ। ਸੋ ਇਸ ਲਈ ਕਹਿੰਦੇ ਕਿ ਉੱਥੇ ਕੋਈ ਖਤਰਾ ਨਹੀਂ ਹੈਗਾ। ਪਰ ਉੱਧਰ ਉਹ ਕਹਿੰਦੇ ਅਸੀਂ ਅਕਾਲੀ ਦਲ ਬਚਾਓ ਮੁਹਿੰਮ ਸ਼ੁਰੂ ਕਰਨ ਜਾ ਰਹੇ, ਜਿਹਦੇ ਵਿੱਚੋਂ ਚਰਚਾ ਨਿਕਲੇ ਕਿ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਖਤਰਾ ਹੋ ਗਿਆ, ਕਿ ਇੱਥੇ ਤੱਕ ਇਹ ਬਾਗੀ ਧੜਾ ਜਾ ਸਕਦਾ ਕਿ ਚੋਣ ਨਿਸ਼ਾਨ 'ਤੇ ਅੱਕ ਸਾਡਾ, ਉਹਦੇ ਲਈ ਕਾਨੂੰਨੀ ਪ੍ਰਕਿਰਿਆ ਤੱਕ ਵੀ ਜਾ ਸਕਦਾ, ਬਸ਼ਰਤੇ ਭਾਜਪਾ ਉਵੇਂ ਹੀ ਪਿੱਠ 'ਤੇ ਆਵੇ ਜਿਵੇਂ ਢੀਂਡਸਿਆਂ ਦੇ ਬੀਬੀ ਜਗੀਰ ਕੌਰ 'ਤੇ ਆਈ ਸੀ। ਕਹਿੰਦੇ ਬੜਾ ਖੁੱਲ੍ਹ ਕੇ ਸਾਥ ਦਿੱਤਾ ਸੀ ਗੁਪਤ ਤਰੀਕੇ ਨਾਲ, ਅਤੇ ਹੁਣ ਕਿਉਂ ਸਾਥ ਦੇਣਗੇ ਅਤੇ ਕਿਸ ਹੱਦ ਤੱਕ ਦੇਣਗੇ? ਅਤੇ ਉਹ ਨੁਕਤੇ ਜਿਹੜੇ ਉਹਨਾਂ ਨਾਲ ਸਾਥ ਦੇਣਗੇ ਉਹ ਸੁਖਬੀਰ ਬਾਦਲ ਵੀ ਜਾਣੂ ਨੇ। ਪਰ ਨਾ ਸੁਖਬੀਰ ਬਾਦਲ ਇਸ ਮਸਲੇ 'ਤੇ ਮੰਥਨ ਕਰ ਰਹੇ ਨੇ, ਨਾ ਇਹ ਬਾਗੀ ਧੜਾ ਜਾਂ ਅਸਲੀ ਅਕਾਲੀ ਦਲ ਕਹਾਉਣ ਵਾਲਾ ਧੜਾ ਮੰਥਨ ਕਰ ਰਿਹਾ ਕਿ ਭਾਈ ਅਸੀਂ ਇਸ ਗਿਰਾਵਟ ਵੱਲ ਆਏ ਕਿਉਂ। ਵੈਸੇ ਤਾਂ ਸੁਖਬੀਰ ਬਾਦਲ ਦੇ ਹੱਥ ਜਦ ਤੋਂ ਕਮਾਉਣ ਆਈ ਆ ਅਕਾਲੀ ਦਲ ਦੀ ਗਿਰਾਵਟ ਹੀ ਹੁੰਦੀ ਗਈ ਆ, ਸੀਟਾਂ ਵੀ ਘੱਟਦੀਆਂ ਗਈਆਂ, ਵੋਟ ਪ੍ਰਤੀਸ਼ਤ ਵੀ ਘੱਟਦਾ ਗਿਆ, ਹੈ ਪਕੜ ਵੀ ਘੱਟਦੀ ਗਈ, ਸੋਚਣ ਦੀ ਲੋੜ। ਇਹ ਸਭ ਦੇ ਵਿੱਚ ਮਜੀਠੀਆ ਦੀ ਚੁੱਪ, ਹੈ ਇਆਲੀ ਦੀ ਚੁੱਪ, ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦੀ ਚਰਚਾ, ਵੈਸੇ ਚਰਚਾ ਬੀਬੀ ਖਾਲੜਾ ਦੇ ਨਾਮ ਦੀ ਵੀ ਕਰੀ ਜਾਂਦੇ, ਕਿ ਉਹਨਾਂ ਨੂੰ ਪ੍ਰਧਾਨ ਬਣਾ ਦੋ, ਸਾਨੂੰ ਮਨਜ਼ੂਰ ਹੈ। ਹਾਂ, ਜਿਹੜੀ ਗੌਰ ਕਰਨ ਵਾਲੀ ਗੱਲ ਹੈ ਉਹ ਬਿਲਕੁਲ, ਆਪਾਂ ਜੇਕਰ ਦੇਖੀਏ ਤਾਂ ਵਿਧਾਨ ਸਭਾ ਚੋਣਾਂ ਦੇ ਹਵਾਲੇ ਨਾਲ ਵੀ ਸੀਟਾਂ ਘੱਟਦੀਆਂ ਗਈਆਂ, 56 ਤੋਂ 15, 15 ਤੋਂ 3, ਲੋਕ ਸਭਾ ਦੇ ਹਿਸਾਬ ਨਾਲ ਵੀ 4, 4 ਤੋਂ 2, 2, ਅਤੇ ਹੁਣ ਇਸ ਵਾਰ 1, ਪਰ ਵੋਟ ਪ੍ਰਸੈਂਟ ਦੇਖੋ ਭਾਜਪਾ ਦਾ 9 ਤੋਂ 6 ਸੀ, 6 ਤੋਂ ਵੱਧ ਕੇ 18 ਹੋ ਗਿਆ, ਮਤਲਬ
ਲੋਕ ਸਭਾ ਦੇ ਹਵਾਲੇ ਨਾਲ ਪਿਛਲੀ ਵਾਰ 9 ਸੀ, ਪਰ ਵਿਧਾਨ ਸਭਾ ਦੇ ਹਵਾਲੇ ਨਾਲ 6 ਸੀ, ਪਰ ਇਸ ਵਾਰ 18 ਤੋਂ ਉੱਪਰ ਚਲਾ ਗਿਆ। ਅਤੇ ਇੱਧਰ ਅਕਾਲੀ ਦਲ ਦਾ 2012 ਦੀਆਂ ਵਿਧਾਨ ਸਭਾ 'ਚ 34 ਸੀ, 2014 ਦੀਆਂ ਲੋਕ ਸਭਾ ਚੋਣਾਂ 'ਚ 26 ਆ ਗਿਆ, 34 ਤੋਂ 26 'ਤੇ ਆ ਗਏ। 2017 ਦੀਆਂ ਵਿਧਾਨ ਸਭਾ ਚੋਣਾਂ 'ਚ 25 'ਤੇ ਆ ਗਏ, ਪਰ ਲੋਕ ਸਭਾ 2019 ਦੀਆਂ ਚੋਣਾਂ 'ਚ 25 ਨੂੰ ਵਧਾ ਕੇ ਥੋੜ੍ਹਾ ਜਿਹਾ 27 ਕਰ ਲਏ, ਕਿਉਂਕਿ ਦੋ ਸੀਟਾਂ 'ਤੇ ਇੰਨਾ ਜ਼ੋਰ ਲਵਾਇਆ ਕਿ ਵੋਟਾਂ ਉੱਥੇ ਹੀ ਪੈ ਜਾਣ, ਸੁਖਬੀਰ ਅਤੇ ਬੀਬੀ ਨੂੰ ਵੋਟ ਵੱਧ ਗਈ ਥੋੜ੍ਹੀ ਜਿਹੀ, 27 'ਤੇ ਆ ਗਏ। 2022 ਦੇ ਵਿੱਚ 27 ਵਾਲੀਆਂ ਘੱਟ ਕੇ ਫਿਰ 18 'ਤੇ ਆ ਗਏ, ਅਤੇ ਇਸ ਵਾਰ 2024 ਦੀਆਂ ਲੋਕ ਸਭਾ ਚੋਣਾਂ 'ਚ 18 ਤੋਂ ਘੱਟ ਕੇ 13% 'ਤੇ ਆ ਗਏ। ਸੋ ਇਸ ਲਈ ਇੱਥੇ ਮੰਥਨ ਦੀ ਲੋੜ ਹੈ ਕਿ ਅਕਾਲੀ ਦਲ ਦੀ ਇਹ ਹਾਲਤ ਕਿਉਂ ਹੈ, ਇਹਦੇ ਲਈ ਕੌਣ ਜ਼ਿੰਮੇਵਾਰ ਹੈ ਅਤੇ ਕਿਵੇਂ ਜ਼ਿੰਮੇਵਾਰ ਹੈ, ਇਹ ਪਹਿਲੂ ਬਹੁਤ ਵਿਚਾਰਨ ਵਾਲਾ। ਵੈਸੇ ਇਹ ਖਿਲਾਫ